ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲੇ ਯਾਰ ਚੱਲਦੇ ਸਵਾਗਤ ਕਰਦੇ ਹਾਂ ਜੀ। ਆਸ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਵਧੀਆ ਗੱਲ ਹੈ, ਹੋਣੇ ਵੀ ਚਾਹੀਦੇ ਹੋ। ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਜੀ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ, ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ। ਕਰਦੇ ਹਾਂ ਅੱਜ ਦੇ ਬਲੌਗ ਦੀ ਸ਼ੁਰੂਆਤ ਜੀ। ਬਣੇ ਰਹੋ ਵੀਡੀਓ ਨਾਲ ਐਂਡ ਤੱਕ ਜੀ। ਆਜੋ ਫਿਰ ਕਰਦੇ ਜੀ ਆਪਾਂ। ਲੈ ਭਾਈ, ਕਹਿੰਦੇ ਸਵੇਰ ਹੋ ਗਈ। ਅੱਜ ਹੈਗੀ ਆ 2 ਤਰੀਕ ਅਤੇ ਮਾਤਾ ਉੱਠ ਗਈ ਸੀ ਆਪਣਾ 2:30 ਵਜੇ ਅਤੇ ਆਪਾਂ ਉੱਠ ਗਏ ਸੀ 4:15 ਵਜੇ 2:45। ਠੀਕ ਹੈ, ਸਵੇਰੇ ਸਵੇਰੇ ਆਪਣਾ ਕੰਮ ਸਟਾਰਟ ਕਰਤਾ। ਕਹਿੰਦੇ ਵੀ ਅੱਜ ਹੈਗੀ ਆ ਮੌਸ, ਜੌਂ ਬੀਜਣੇ ਆ। ਕਹਿੰਦੇ ਮੌਸ ਵਾਲੇ ਦਿਨ ਜੌਂ ਬੀਜਿਆ ਕਰਦੇ ਆ ਭਾਈ। ਠੀਕ ਆ, ਸਾਰਾ ਕੰਮ ਰੈਡੀ ਸ਼ੈਡੀ ਆ। 2:30 ਵਜੇ ਮਾਤਾ ਉੱਠ ਹੋਈ ਆ, ਗੁਰਦੁਆਰੇ ਜਾਇਆ ਜੀ, ਪਾਠ ਕਰ ਲਿਆ ਆਪਣਾ। ਠੀਕ ਆ, ਨਹਾ ਧੋ ਕੇ ਹੁਣ ਕੰਮ ਸਟਾਰਟ ਆ। ਲੈ ਭਾਈ, ਮਾਤਾ ਦਾ ਸਿਰ ਕਹਿੰਦੇ ਵੀ ਆਲੂ ਛਿੱਲ ਅਤੇ ਓਪਾ ਗ੍ਰਹਿਣ ਕਰਤਾ ਆਪਾਂ ਨੇ, ਨਾ ਬਦਾਮ। ਇੱਧਰ ਖੀਰ ਬਣ ਗਈ ਕਹਿੰਦੇ ਭਾਈ, ਖੀਰ ਦੇ ਵਿੱਚ ਸਮਾਨ ਬਹੁਤ ਪਤਾ। ਇੱਧਰ ਕਹਿੰਦੇ ਸਬਜ਼ੀ ਤਿਆਰ ਕਰਦੀ, ਕਾਸੀ ਬਣੀ ਸਬਜ਼ੀ, ਛੋਲੇ ਕਾਲੇ ਚਣੇ। ਇੱਧਰ ਆਪਣੇ ਜੌਂ ਪਏ ਨੇ ਭਾਈ, ਜੌਂ ਹਜੇ ਬੀਜਾਂਗੇ। ਕਹਿੰਦੇ ਵੀ ਦੁਸਹਿਰੇ ਵਾਲੇ ਦਿਨ, ਦੁਸਹਿਰੇ ਇੱਕ ਦਿਨ ਪੈਣਾ। ਕਹਿੰਦਾ ਪੱਟ ਕੇ ਟੋਭੇ 'ਚ ਗਿਰ ਕੇ ਆਇਆ ਕਰਦੇ ਆ, ਛੱਪੜ 'ਚ ਵਧਾਇਆ ਕਰਦੇ ਆ। ਲੈ ਭਾਈ, ਮੈਂ ਕਹਿੰਦੀ ਉੱਠ ਗਈ, 5:15 ਹੋ ਗਏ, 5 ਘੰਟੇ ਘੰਟੇ ਬਾਅਦ ਸਾਰੇ ਉੱਠੇ। ਮੰਮੀ 2:30 ਵਜੇ ਉੱਠੀ, ਮੈਂ 3 ਵਜੇ ਉੱਠਿਆ, ਸੋਰੀ 4:45 ਵਜੇ। ਅਤੇ ਉੱਧਰ ਕਹਿੰਦੇ ਬਾਪੂ ਸਾਡਾ ਨਾਲੇ ਉੱਠ ਗਿਆ ਜੀ, ਉਹ ਉੱਠਿਆ 4:15 4:30 ਵਜੇ ਅਤੇ ਆਪਣਾ ਬਾਹਰੋਂ ਚਲਾ ਗਿਆ ਘੁੰਮਣ ਹੁਣ ਕਰਕੇ। ਅਤੇ ਆਪਾਂ ਕਹਿੰਦੇ ਵੀ ਅਜੇ ਹੁਣ ਉੱਠਿਆ, ਮੂੰਹ ਹੱਥ ਧੋ ਲਿਆ, ਚਾਹ ਪਾਣੀ ਅਜੇ ਪੀਣਾ ਅਤੇ ਨਾਲ ਕਹਿੰਦੇ ਕਰਾਈ ਮਾਤਾ ਨਾਲ ਹੈਲਪ। ਬਾਕੀ ਹੋਰ ਵੀ ਕੰਮ ਚਲੀ ਜਾਂਦਾ ਭਾਈ। ਕਹਾਣੀ ਕਢਾ ਲਏ ਜੀ ਸਰੋਂ ਦੀ, 60 ਲੀਟਰ ਦੀ ਕਹਾਣੀ ਕਢਾ ਕੇ 22 ਲੀਟਰ ਤੇਲ ਨਿਕਲਿਆ ਉਹਦੇ ਚੋਂ, 62 ਕਿਲੋ ਜੀ। ਆਪਾਂ ਗਲਤੀ ਕਰਕੇ, ਹਾਂ ਉਹ ਬਾਈ ਨੇ ਕੱਟੀ ਆ ਖਲ 20 ਰੁਪਏ, ਸ਼ਰਨਦੀਪ ਕੱਟ ਰਿਹਾ 30 ਰੁਪਏ। 10 ਵਜੇ ਇੱਦਾਂ ਫਰਕ ਹੋ ਜਾਂਦਾ, 380 ਰੁਪਏ ਸਿੱਧਾ ਆਉਂਦਾ ਬਣ ਗਿਆ ਬਸ। ਮੈਂ ਲਿਆ ਮਿੱਟੀ ਜਾ ਕੇ, ਕਹੀ ਕਿੱਥੇ ਪਈ ਆ? ਲੈ ਵੀ ਕਹਿੰਦੇ ਵੀ ਹੁਣ ਮਿੱਟੀ ਲਿਆਉਂਦੇ ਆਪਾਂ ਜਾ ਕੇ ਵਾਦੀ 'ਚੋਂ, ਉਹਦੇ ਜੌਂ ਬੀਜਾਂਗੇ, ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਕਿਵੇਂ ਬੀਜਦੇ ਹੁੰਦੇ ਬਾਈ ਜੌਂ। ਆਜੋ ਫਿਰ
ਧੁੰਦ ਪੈਣ ਲੱਗ ਗਈ ਸਵੇਰ ਦੀ, ਠੰਡ ਹੋ ਗਈ ਭਾਈ, ਠੀਕ ਆ, ਓਸ ਪੈਂਦੀ ਆ ਉਹਦੇ ਨਾਲ ਠੰਡ ਹੋ ਜਾਂਦੀ ਆ। ਉਹ ਵਾਹਿਗੁਰੂ ਸੱਚ ਪਾਤਸ਼ਾਹ ਲੈ ਪਹੁੰਚ ਗਏ ਬਾੜੇ 'ਚ ਆਪਾਂ। ਮੰਮੀ ਨੇ ਪਾਥੀਆਂ ਪੱਤ ਰੱਖੀਆਂ ਭਾਈ, ਕਹਿੰਦੇ ਵੀ ਸਿਆਲ 'ਚ ਕੰਮ ਆਉਣਗੀਆਂ। ਲਾਸਨ ਨਿਕਲਿਆ ਆਪੇ, ਸਰੋਂ, ਗਾਜਰਾਂ, ਪਾਲਕ, ਧਨੀਆ, ਮੇਥੇ, ਮੂਲੀਆਂ, ਸਲਗਮ, ਬਤਾਊ, ਅਮਰੂਦ, ਇੱਧਰ ਨਿੰਬੂ ਲੈ ਵੀ ਨੇ, ਮਿੱਟੀ ਪੱਟ ਲਈ ਆਪਾਂ ਨੇ, ਠੀਕ ਹੈ। ਹੁਣ ਚੱਲਦੇ ਹਾਂ ਘਰ ਨੂੰ, ਘਰ ਜਾ ਕੇ ਫਿਰ ਜੌਂ ਪੀਜਾਂਗੇ ਬਾਈ। ਮਿੱਤਰੋ ਕਹਿੰਦੇ ਧੁੰਦ ਪੈ ਗਈ, ਧੁੰਦ ਸਿਆਲ ਆ ਗਿਆ, ਸਵੇਰੇ ਸਵੇਰੇ ਕਹਿੰਦੇ ਖੇਤਾਂ 'ਚ ਕਿਹੜਾ ਮਾਰਿਆ ਜੀ, ਪਾਣੀ ਲਾਉਣ ਦਾ ਹੋ ਗਿਆ, ਹੁਣ ਪਾਣੀ ਲਾਉਂਦੇ ਹਾਂ ਫਿਰ ਕੰਮ ਚੱਲੂ, ਕਹਿੰਦੇ ਅੱਗੇ ਵਧੂ। ਦੋਸਤੋ ਕਹਿੰਦੇ ਗੋਹ ਨੂੰ ਹੁਣ ਲਿਆ ਸਪਰੇਅ ਕਰ ਦਿੰਦੇ ਯਾਰ, ਲਿਆ ਕੇ ਹੁਣ ਲੋੜ ਆ ਸਪਰੇਅ ਦੀ। ਗੋਲ ਨੂੰ ਸੁਣਦੀ ਲੱਗਦੀ ਪਈ ਆ ਬਈ, ਸਪਰੇਅ ਤਾਂ ਸਵੇਰੇ ਸਵੇਰੇ ਕਰਨੀ ਪੈਣੀ ਆ, ਠੀਕ ਆ, ਸਵੇਰੇ ਸਵੇਰੇ ਸਪਰੇਅ ਕਰਕੇ ਉਸ ਨਾਲ ਵਿੱਚ ਗਿਰ ਜੂਗੀ ਗੋਬ ਦੇ। ਲਾਈਟ ਵੇਖਣੀ ਪੈਣੀ ਕਿਹੜੀ ਚੱਲ ਰਹੀ ਆ, ਫਿਰ ਆਪਾਂ ਪਾਣੀ ਲਾਵਾਂਗੇ ਭਾਈ, ਠੀਕ। ਹੁਣ ਪਾਣੀ ਦੇ ਦਿੰਦੇ ਘੱਟ ਲੱਗੂਗਾ, ਹੈ ਨਾ, ਦੇਖਦੇ ਹਾਂ ਡੰਗਰ ਨਾ ਜਾ ਇੱਦਾਂ ਕੋਈ। ਇਹ
ਲੈ ਵੀ ਕਹਿੰਦੇ ਵੀ ਮਿੱਤਰੋ ਜੋਂ ਲੱਗੇ ਆ ਬੀਜਣ, ਠੀਕ ਹੈ ਚਲੋ ਬੈਠੋ ਸਾਰੇ ਜਣੇ ਪੰਜ ਸੱਤ ਜਿਹੋ ਜਿਹੀ ਟੱਪ ਬੀਜਣਾ ਟੱਪ ਬੀਜਦੇ ਆ ਹੋਰ ਸੱਤ ਬੀਜਣਾ ਸੱਤ ਬੀਜਣਾ ਜੋ ਵਧਾਉਣ ਗਏ ਆਪਾਂ ਪੜ੍ਹੀ ਲਿਖੀ ਮੈਡਮ ਨੂੰ ਜਦੋਂ ਮੇਰੀ ਗੱਲ ਸੁਣ ਨਵਰਾਤਰਿਆਂ ਤੋਂ ਬਾਅਦ ਉਹ ਸੀਗੀ ਬੀਜ ਸਾਰੇ ਆਪਣੇ ਭਾਂਡੇ ਗੌਰ ਰੱਖੇ
ਦੋ ਟੱਪ ਕੱਢ ਲਏ ਫਿਰ ਉਹ ਵਧਾ ਦੇ ਨਾ ਫਿਰ ਛੇ ਹੋ ਰਹੇ ਆ ਨਾ ਜਿਉਂ ਜਾਣਾ ਤੂੰ ਪਾ ਤੇਰੇ ਜੋ ਤੈਂ ਬੀਜਦੇ ਸਾਰੇ ਮੈਂ ਚੱਲ ਟੱਪ ਬੀਜਾਂ ਦੋ ਦਿਨ ਦੇ ਹੋ ਗਏ ਇੱਕ ਬੀਰਪਾਲ ਦਾ ਹੋ ਗਿਆ ਇੱਕ ਤੇਰੇ ਭਾਪੇ ਦਾ ਹੋ ਗਿਆ ਇੱਕ ਮੇਰਾ ਹੋ ਗਿਆ ਮੈਂ ਸਭ ਤੋਂ ਬੜਾ ਦੇਵਾਂਗੀ ਚੱਲ ਬਸ ਥੋੜ੍ਹੀ ਥੋੜ੍ਹੀ ਪਾਓ ਮਿੱਟੀ ਤਾਂ ਬਹੁਤੀ ਨਾ ਪਾਵਾਂ ਪੁੱਤ ਫਿਰ ਨਿਕਲਦੇ ਨਹੀਂ ਤੈਂ ਤੈਂ ਹੋਰ ਲੈਣੀ ਤੇ ਲੋਕਾਂ ਨੇ ਕਮੈਂਟ ਆਣੇ ਵੀ ਕਿਹੜੇ ਪਖੰਡ ਚ ਪਏ ਤੁਸੀਂ ਭਾਈ ਪਖੰਡ ਨਹੀਂ ਹੈਗੇ ਹਾਂ ਤੇ ਸ਼ੁਰੂ ਤੋਂ ਚੱਲਦੇ ਆਂਦੀ ਆ ਰੀਤ ਹਾਂ ਉਹਨਾਂ ਨੂੰ ਪਤਾ ਨਹੀਂ ਹੋਊਗਾ ਫਿਰ ਕਰਦੇ ਆ ਕਮੈਂਟ ਨੂੰ ਹਾਂ ਤੁਹਾਨੂੰ ਪਤਾ ਹੀ ਨਹੀਂ ਜੇ ਤੁਹਾਨੂੰ ਪਤਾ ਨਹੀਂ ਹੁੰਦਾ ਤਾਂ ਉਹ ਕਮੈਂਟ ਕਰਦੇ ਨੇ ਪਾਣੀ ਦੇਣਾ ਇਹਨਾਂ ਨੂੰ ਸਾਰੇ ਪ੍ਰੇਸ ਨਾਲ ਦੇ ਦਿੰਦੇ ਬੜੇ ਥੋੜਾ 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 ਇੰਨੇ ਜਾਂ ਹੋ ਗਿਆ ਮੇਰੇ ਇਹਨਾਂ ਮਣੀ ਨਹੀਂ ਲੈਣਾ ਮਿੱਟੀ ਵਾਲਾ ਮਣੀ ਨਾ ਕੁਛ ਨਹੀਂ ਹੁੰਦਾ ਮਿੱਟੀ ਤਾਂ ਉਹ ਕੱਢ ਕੇ ਦੇ ਦੇਣਗੇ ਜੇ ਲੈਣੀ ਹੈ ਨਹੀਂ ਨਹੀਂ ਆਪੇ ਹੋ ਜਾਣਾ ਬਸ ਪੱਤੇ ਤਾਂ ਡਾ ਕੇ ਵੀ ਗਰਮੈਸ਼ ਹੁੰਦੀ ਆ ਨਾ ਨਾਲ ਪਤਾ ਲੱਗਾ ਹੁੰਦਾ ਜੀ ਫਸਲ ਕਿਵੇਂ ਹੁੰਦੀ ਆ ਖੇਤੀ ਨੀ ਕਰਦੇ ਕਿਸਾਨ ਤਾਂ ਹੈਗੇ ਬਾਗੇ ਭੋਗ ਲੈਣ ਪਹਿਮਾ ਜਿਉਂ ਚੌਥੇ ਦਿਨ ਆ ਕੇ ਪੱਤੇ ਤਾਰੇ
ਜੋਹਨ ਪੱਤੇ ਆਪੇ ਚੱਕਦੇ ਨਿਆਣੇ ਹਟਦੇ ਹਟੇ ਨੀ ਕਰੇ ਕਰਦੇ ਅਗਲੇ ਟੇਸ਼ਨ ਸਾਬਣ ਸੁਬਣ ਨਾਲ ਨੀ ਲਓ ਜੀ ਫਿਰ ਆਹ ਤਾਂ ਸੀਗਾ ਆਪਣਾ ਅੱਜ ਦਾ ਬਲੌਗ ਅਤੇ ਜੇ ਤੁਹਾਨੂੰ ਸਾਡਾ ਅੱਜ ਦਾ ਬਲੌਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨਾਲ ਤੱਕ ਜ਼ਰੂਰ ਦੇਖਿਆ ਕਰੋ ਜੀ ਅਤੇ ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਨਵੇਂ ਆਏ ਹੋ ਹੁਣੇ ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਆਉਣੀ ਸਭ ਤੋਂ ਪਹਿਲਾਂ ਹੀ ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਰਦੇ ਆਪਾਂ ਬਲੌਗ ਦਾ ਇੱਥੇ ਐਂਡ ਜੀ ਚੰਗਾ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਰਾਹੀਂ ਹੱਸਦੇ ਵੱਧਦੇ ਰੱਬ ਤਰੱਕੀਆਂ ਦੇ ਤੁਹਾਨੂੰ ਚੰਗਾ ਜੀ ਫਿਰ ਸਤਿ ਸ਼੍ਰੀ ਅਕਾਲ।